ਸਤਿ ਸ਼੍ਰੀ ਅਕਾਲ, ਮੈਂ ਜਗਤਾਰ ਸ਼ੇਗਲ। ਆਪਣੇ ਬਹੁਤ ਸਾਰੇ ਨਵੇਂ ਇਮੀਗ੍ਰੈਂਟ ਇੱਥੇ ਆ ਰਹੇ ਨੇ ਇੰਡੀਆ ਤੋਂ, ਹੋਰਲੀ ਕੰਟਰੀਆਂ ਤੋਂ, ਅਤੇ ਇੱਥੇ ਸਭ ਤੋਂ ਵੱਡਾ ਮਸਲਾ ਪਹਿਲਾਂ ਇਹ ਕਾਰ ਦਾ ਹੁੰਦਾ ਕਿ ਤੁਹਾਡੇ ਕੋਲ ਕਾਰ ਹੈਗੀ ਤਾਂ ਤੁਸੀਂ ਕੰਮ 'ਤੇ ਜਾਣ ਵਾਸਤੇ ਥੋੜ੍ਹੀ ਸਿਖਾਲੀ ਹੁੰਦੀ ਹੈਗੀ ਹੈ। ਉਸ ਤੋਂ ਬਿਨਾਂ ਤੁਸੀਂ ਬੱਸ ਵੀ ਯੂਜ਼ ਕਰਦੇ ਹੈਗੇ ਹਾਂ, ਪਰ ਕਈ ਵਾਰੀ ਵਿਹਲੇ ਵਿਹਲੇ ਕੰਮ ਕਰਨ ਵਾਸਤੇ ਸਾਨੂੰ ਬੱਸ ਦੀ ਬੜੀ ਤਕਲੀਫ ਹੁੰਦੀ ਆ, ਇਸ ਕਰਕੇ ਕਾਰ ਲੈਣੀ ਬਹੁਤ ਹੀ ਜ਼ਰੂਰੀ ਸਮਝਦੇ ਹੋ। ਅਗਰ ਤੁਸੀਂ ਕਾਰ ਲੈਂਦੇ ਹੋ ਟੋਰਾਂਟੋ ਦੇ ਏਰੀਏ 'ਚ ਅਤੇ ਤੁਸੀਂ ਨਵੇਂ ਡਰਾਈਵਰ ਹੋ, ਜੇ ਤੁਸੀਂ ਸਟੂਡੈਂਟ ਆਏ ਹੋ 18 ਸਾਲ ਦੀ ਉਮਰ ਜਾਂ 21-22 ਸਾਲ ਦੀ ਉਮਰ ਹੈਗੀ ਆ, ਤਾਂ ਇੰਸ਼ੋਰੈਂਸ ਬਹੁਤ ਹੀ ਮਹਿੰਗੀ ਪੈਂਦੀ ਆ। ਤੁਸੀਂ ਉੱਤੋਂ ਅੱਜ ਕੱਲ੍ਹ ਬਹੁਤ ਸਾਰੇ ਸਟੂਡੈਂਟਸ ਜਿਹੜੇ ਬੜੀਆਂ ਵਧੀਆ ਗੱਡੀਆਂ ਲੈ ਰਹੇ ਨੇ, ਚਲੋ ਚੰਗੀ ਗੱਲ ਆ, ਜੇ ਤੁਸੀਂ ਅਫੋਰਡ ਕਰ ਸਕਦੇ ਹੋ ਤਾਂ ਲਵੋ ਜ਼ਰੂਰ, ਪਰ ਜਿਹੜੀ ਨਵੀਂ ਗੱਡੀ ਦੀ ਇੰਸ਼ੋਰੈਂਸ ਆ ਉਹ ਵੀ ਬਹੁਤ ਮਹਿੰਗੀ ਪੈਂਦੀ ਆ। ਅਤੇ ਮੈਂ ਖੁਦ ਇੰਸ਼ੋਰੈਂਸ ਬ੍ਰੋਕਰ ਹੋਣ ਦੇ ਨਾਤੇ ਡੇਲੀ ਹੀ ਲੋਕਾਂ ਨਾਲ ਇਹ ਡੀਲ ਕਰਦਾ ਹੈਗਾ ਇੰਸ਼ੋਰੈਂਸ ਦੇ ਮਸਲੇ 'ਤੇ। ਅਤੇ ਸਮ ਟਾਈਮ ਇੰਸ਼ੋਰੈਂਸ ਕੋਸਟ ਇਜ਼ $700 to $1,000 ਪਰ ਮੰਥ ਆਪਣੇ ਟੋਰਾਂਟੋ ਦੇ ਏਰੀਏ 'ਚ, ਬ੍ਰੈਂਪਟਨ ਦੇ ਏਰੀਏ 'ਚ ਜਾਂ ਜਿਹੜੇ ਵੱਡੇ ਵੱਡੇ ਹੋਰ ਸ਼ਹਿਰ ਹੈਗੇ ਆ ਉੱਥੇ ਕਾਫੀ ਇੰਸ਼ੋਰੈਂਸ ਹੈ। ਅਤੇ ਇਸ ਦੇ ਉਲਟ ਜੇ ਤੁਸੀਂ ਸਟੂਡੈਂਟ ਹੋ ਕਿਸੇ ਹੋਰ ਸ਼ਹਿਰ ਵਿੱਚ ਐਡਮਿਸ਼ਨ ਲੈਂਦੇ ਹੋ, ਜਿਵੇਂ ਕਿ ਲੰਡਨ ਵਗੈਰਾ ਹੈਗਾ, ਲੰਡਨ ਅੰਟਾਰੀਓ ਜਾਂ ਵਿੰਡਜ਼ਰ ਜਾਂ ਕਿਚਨਰ ਵਾਟਰਲੂ ਏਰੀਆ ਜਾਂ ਬੈਰੀ ਜਾਂ ਓਟਵਾ ਜਾਂ ਹੋਰ ਜਿਹੜੇ ਸ਼ਹਿਰ ਹੈਗੇ ਜਿੱਥੇ ਸਸਤੀ ਥੋੜ੍ਹੀ ਹੈਗਾ ਵੇ ਆਫ ਲਿਵਿੰਗ, ਤੁਹਾਡਾ ਲਿਵਿੰਗ ਕੋਸਟ ਸਸਤੀ ਆ, ਉੱਥੇ ਥੋੜ੍ਹੀ ਇੰਸ਼ੋਰੈਂਸ ਵੀ ਸਸਤੀ ਪੈਂਦੀ ਹੈ, ਕਿਉਂਕਿ ਉੱਥੇ ਸਾਰਾ ਟ੍ਰੈਫਿਕ ਘੱਟ ਆ ਅਤੇ ਥੋੜ੍ਹੀ ਕਲੇਮਸ ਘੱਟ ਆ, ਉਸ ਹਿਸਾਬ ਨਾਲ ਤੁਹਾਡਾ ਕਈ ਵਾਰੀ ਆਲਮੋਸਟ ਅੱਧੇ 50% ਘੱਟ ਇੰਸ਼ੋਰੈਂਸ ਤੁਹਾਡੀ ਹੋ ਜਾਂਦੀ ਹੈ ਜੇ ਤੁਸੀਂ ਆਪਣੀ ਲਿਵ ਰਹਿੰਦੇ ਹੈਗੇ ਆ ਵੱਡੇ ਮੈਟਰੋਪੋਲੀਟਨ ਏਰੀਏ ਤੋਂ ਕਾਫੀ ਦੂਰ। ਤੋ ਇਸ ਕਰਕੇ ਖਰਚੇ ਬਹੁਤ ਨੇ, ਤੁਹਾਡਾ ਇਕੱਲਾ ਇੰਸ਼ੋਰੈਂਸ ਦਾ ਨਹੀਂ ਹੈਗਾ, ਉਸ ਤੋਂ ਬਿਨਾਂ ਤੁਹਾਡੀ ਕੋਈ ਕਾਰ ਦੀ ਪੇਮੈਂਟ ਵੀ ਹੁੰਦੀ ਆ, ਅਤੇ ਬਾਕੀ ਕਾਰ ਦੀ ਰਿਪੇਅਰ ਅਤੇ ਕਾਫੀ ਖਰਚੇ ਨੇ। ਅਤੇ ਬਹੁਤ ਸਾਰੇ ਕੀ ਕਰਦੇ ਨੇ ਇੱਥੇ ਕੈਨੇਡਾ 'ਚ, ਕਈ ਵਾਰੀ ਜਿਹੜੇ ਨਵੇਂ ਬੰਦੇ ਆਉਂਦੇ ਜਾਂ ਅਫੋਰਡ ਨਹੀਂ ਕਰਦੇ ਇੰਸ਼ੋਰੈਂਸ, ਕਿਸੇ ਨਾ ਕਿਸੇ ਤਰੀਕੇ ਨਾਲ ਇੰਸ਼ੋਰੈਂਸ ਤਾਂ ਲੈਣੀ ਹੁੰਦੀ ਆ, ਫਿਰ ਉਹ ਕਿਸੇ ਨੂੰ ਪੁੱਛਦੇ ਆ ਕਿ ਯਾਰ ਕਿਸੇ ਦੂਰ ਦਾ ਐਡਰੈਸ ਦੇ ਦੇਈਏ ਜਿੱਥੋਂ ਸਸਤੀ ਇੰਸ਼ੋਰੈਂਸ ਹੁੰਦੀ ਆ, ਅਤੇ ਉੱਥੋਂ ਗਲਤ ਐਡਰੈਸ ਦੇ ਕੇ ਆਪਣੀ ਇੰਸ਼ੋਰੈਂਸ ਕਰਾਉਂਦੇ ਆ, ਜਿਹੜੀ ਕਿ ਉਹਨਾਂ ਨੂੰ ਲੌਂਗ ਰਨ 'ਤੇ ਬਾਅਦ ਵਿੱਚ ਕਾਫੀ ਪਛਤਾਵਾ ਵੀ ਹੁੰਦਾ ਜਦੋਂ ਕੋਈ ਕਲੇਮ ਆਉਂਦਾ ਅਤੇ ਕੰਪਨੀਜ਼ ਇਨਵੈਸਟੀਗੇਸ਼ਨ ਕਰਦੀਆਂ ਅਤੇ ਪਤਾ ਲੱਗਦਾ ਅਤੇ ਤੁਸੀਂ ਤਾਂ ਉੱਥੇ ਰਹਿੰਦੇ ਨਹੀਂ ਜਿੱਥੇ ਤੁਸੀਂ ਇੰਸ਼ੋਰੈਂਸ ਕਰਵਾਈ ਹੈਗੀ ਆ, ਅਤੇ ਤੁਹਾਡੀ ਜਿਹੜੀ ਪੋਲਿਸੀ ਆ ਉਹ ਗਲਤ ਫੈਕਟਸ ਦੱਸਣ ਨਾਲ ਤੁਹਾਡੀ ਕੈਂਸਲ ਵੀ ਹੋ ਜਾਂਦੀ ਆ, ਮਿਸ ਰਿਪ੍ਰਜੈਂਟੇਸ਼ਨ ਕਹਿੰਦੇ ਜਿਹਨੂੰ ਕਹਿੰਦੇ ਆ, ਅਤੇ ਜਾਂ ਜਿਹੜਾ ਤੁਸੀਂ ਕੋਈ ਗਲਤ ਫੈਕਟ ਦਿੰਦੇ ਆ ਅਤੇ ਉਹ ਤੁਹਾਨੂੰ ਫਿਰ ਹੋਰ ਤੁਹਾਨੂੰ ਅੱਗੇ ਤੋਂ ਵੀ ਜ਼ਿਆਦਾ ਇੰਸ਼ੋਰੈਂਸ ਮਹਿੰਗੀ ਮਿਲਦੀ ਆ ਜੇ ਤੁਸੀਂ ਆਪਣੇ ਐਗਜੈਕਟ ਐਡਰੈਸ 'ਤੇ ਕਰਾਉਂਦੇ ਹੋ। ਅਤੇ ਪਲੱਸ ਤੁਹਾਨੂੰ ਜਿਹੜਾ ਗੱਡੀ ਤੁਸੀਂ ਨਵੀਂ ਲਈ ਆ ਜਾਂ ਜਿੰਨੇ ਦੀ ਗੱਡੀ ਲਈ ਆ, ਜਿਹੜੀ ਤੁਹਾਡੇ ਅੱਜ ਕੱਲ੍ਹ ਤਾਂ ਕਾਰ ਮਿਲਣੀ ਹੀ ਬਹੁਤ ਮੁਸ਼ਕਲ ਆ, ਅਤੇ ਜੇ ਤੁਸੀਂ ਕੋਈ ਗੱਡੀ ਦਾ ਇੰਨੀ ਮਹਿੰਗੇ ਪਦੀ ਲਈ ਆ ਤੁਹਾਨੂੰ ਕਲੇਮ ਨਾ ਮਿਲੇ, ਉਹ ਫਿਰ ਇੰਸ਼ੋਰੈਂਸ ਦਾ ਵੀ ਕੀ ਫਾਇਦਾ, ਪਲੱਸ ਤੁਹਾਡਾ ਡਰਾਈਵਿੰਗ ਰੈਕਰਡ ਅਤੇ ਤੁਹਾਡਾ ਇੰਸ਼ੋਰੈਂਸ ਰੈਕਰਡ ਵੀ ਖਰਾਬ ਹੁੰਦਾ। ਅਤੇ ਇਸ ਕਰਕੇ ਜੇ ਤੁਸੀਂ ਇਸ ਕੰਟਰੀ 'ਚ ਆਉਂਦੇ ਹੋ ਤਾਂ ਤੁਸੀਂ ਪਲੀਜ਼ ਆਪਣਾ ਧਿਆਨ ਰੱਖੋ, ਅਤੇ ਸਿਸਟਮ ਇੱਥੇ ਬੜਾ ਕਲੀਅਰ ਕੱਟ ਆ, ਅਤੇ ਤੁਸੀਂ ਉਸ ਹਿਸਾਬ ਨਾਲ ਸਿਸਟਮ ਹਿਸਾਬ ਨਾਲ ਚੱਲੋ, ਸਹੀ ਇਨਫੋਰਮੇਸ਼ਨ ਦਿਓ ਅਤੇ ਸਹੀ ਇੰਸ਼ੋਰੈਂਸ ਕਰਾਓ ਕਾਰ ਦੀ। ਇੰਸ਼ੋਰੈਂਸ ਤੁਹਾਡਾ ਹੱਕ ਨਹੀਂ ਹੈ, ਇਸ ਪ੍ਰਿਵਿਲੇਜ, ਜੇ ਤੁਸੀਂ ਅਫੋਰਡ ਕਰਦੇ ਹੋ ਤਾਂ ਕਰਾਓ, ਨਹੀਂ ਅਫੋਰਡ ਕਰਦੇ ਤਾਂ ਤੁਸੀਂ ਨਾ ਕਰਾਓ, ਅਤੇ ਆਪਣਾ ਰੈਕਰਡ ਨਾ ਖਰਾਬ ਕਰੋ। ਅਤੇ ਮੈਂ ਜਿੰਨੇ ਵੀ ਵੀਡੀਓ ਦੇਖਣ ਵਾਲੇ, ਜੇ ਤੁਸੀਂ ਆਪਣੇ ਪੰਜਾਬ 'ਚ ਬੈਠੇ ਹੋ ਅਤੇ ਇਸ ਨੂੰ ਸੁਣ ਰਹੇ ਹੋ, ਤੁਹਾਡੇ ਬੱਚੇ ਇੱਥੇ ਕੈਨੇਡਾ 'ਚ ਆ ਰਹੇ ਨੇ, ਤੁਸੀਂ ਉਹਨਾਂ ਨੂੰ ਜ਼ਰੂਰ ਇਸ ਬਾਰੇ ਵਾਸਤੇ ਅਵੇਅਰ ਕਰੋ ਕਿ ਜੇ ਤੁਸੀਂ ਉੱਥੇ ਕੈਨੇਡਾ 'ਚ ਕਾਰ ਲੈਣੀ ਆ ਅਤੇ ਤੁਸੀਂ ਗੱਡੀ ਚਲਾਉਣੀ ਆ, ਤੁਸੀਂ ਜ਼ਰੂਰ ਆਪਣੇ ਪ੍ਰੋਪਰ ਤਰੀਕੇ ਨਾਲ ਆਪਣਾ ਇੱਥੇ ਇੰਸ਼ੋਰੈਂਸ ਦਾ ਜਿਹੜਾ ਹੈਗਾ ਉਹਦਾ ਪ੍ਰਬੰਧ ਕਰਨਾ, ਤਾਂ ਕਿ ਤੁਹਾਡਾ ਜਿਹੜਾ ਰੈਕਰਡ ਨਾ ਖਰਾਬ ਹੋਵੇ। ਕਿਉਂਕਿ ਇੱਥੇ ਆ ਕੇ ਤੁਸੀਂ ਨਵੇਂ ਆ ਕੇ ਤੁਸੀਂ ਆਪਣਾ ਕ੍ਰੈਡਿਟ ਹਿਸਟਰੀ ਬਣਾਉਣੀ ਆ, ਤੁਹਾਡਾ ਜੇ ਚੰਗਾ ਕ੍ਰੈਡਿਟ ਹੋਊਗਾ ਤਾਂ ਹੀ ਤੁਹਾਨੂੰ ਕੋਈ ਚੰਗਾ ਲੋਨ ਮਿਲੇਗਾ। ਜੇ ਤੁਸੀਂ ਇੱਥੇ ਸਟੂਡੈਂਟ ਆਏ ਹੋ, ਕੱਲ੍ਹ ਨੂੰ ਪੱਕੇ ਹੋ ਰਹੇ ਹੋ, ਤੁਸੀਂ ਆਪਣਾ ਘਰ ਵੀ ਲਓਗੇ, ਹੋਰ ਆਪਣਾ ਕਾਰੋਬਾਰ ਸੈੱਟ ਕਰੋਗੇ, ਅਤੇ ਸਾਰਾ ਕੁਛ ਇਹ ਚੰਗੇ ਰੈਕਰਡ ਅਤੇ ਚੰਗੇ ਕ੍ਰੈਡਿਟ ਨਾਲ ਹੀ ਇਸਟੈਬਲਿਸ਼ ਹੁੰਦਾ। ਅਤੇ ਬਹੁਤ ਸਾਰੇ ਸਟੂਡੈਂਟਸ ਜਿਹੜੇ ਹੈਗੇ ਆਪਣੇ ਜਾਂ ਈਵਨ ਜਿਹੜੇ ਲੋਕ ਪਰਮਾਨੈਂਟ ਰੈਜੀਡੈਂਟ ਆਉਂਦੇ ਆ ਜਾਂ ਫੈਮਿਲੀ ਬੇਸ 'ਤੇ ਆਉਂਦੇ ਆ, ਅਤੇ 99% ਤਾਂ ਮੈਂ ਕਹਾਂਗਾ ਸਾਰੇ ਰੂਲ ਨੂੰ ਫੋਲੋ ਕਰਦੇ ਆ, ਪਰ ਕੁਛ 1% ਐਵੇਂ ਜਾਂ ਆਪਣੇ ਕਿਸ ਤਰੀਕੇ ਨਾਲ ਮਜਬੂਰੀ 'ਚ ਵੀ ਮਹਿੰਗੀ ਪੈਂਦੀ ਇੰਸ਼ੋਰੈਂਸ, ਅਤੇ ਜਾਂ ਕਿਸੇ ਤੋਂ ਸੁਣ ਸੁਣਾ ਕੇ ਵੀ ਚਲੋ ਕੋਈ ਗੱਲ ਨਹੀਂ ਉਹਨੇ ਵੀ ਕੀਤੀ ਹੋਈ ਆਪਾਂ ਵੀ ਕਰਾ ਲੈਂਦੇ ਹਾਂ, ਪਰ ਜਦੋਂ ਕੰਮ ਖਰਾਬ ਹੁੰਦਾ, ਤੁਹਾਡਾ ਕਲੇਮ ਡਿਨਾਈ ਹੁੰਦਾ,
ਤੁਹਾਡੇ ਕੋਲ ਐਕਸੀਡੈਂਟ ਹੋ ਜਾਵੇ ਜਾਂ ਤੁਹਾਨੂੰ ਕਿਸੇ ਤਰੀਕੇ ਨਾਲ ਇੰਸ਼ੋਰੈਂਸ ਕੰਪਨੀ ਵਾਲੇ ਕਰਦੇ ਇਨਵੈਸਟੀਗੇਸ਼ਨ, ਫਿਰ ਤੁਹਾਨੂੰ ਇਸ ਦਾ ਬਹੁਤ ਖਿਮਿਆਜਾ ਭੁਗਤਣਾ ਪੈਂਦਾ। ਅਤੇ ਇਹਨਾਂ ਗੱਲਾਂ ਦਾ ਜ਼ਰੂਰ ਖਿਆਲ ਰੱਖੋ। ਅਤੇ ਇੱਥੇ ਆਓ, ਵਧੀਆ ਕੰਟਰੀ ਆ, ਪਰ ਰੂਲ ਵੀ ਵਧੀਆ ਨੇ, ਪਰ ਇਹਦੇ ਨਾਲ ਸਖਤਾਈ ਵੀ ਹੈਗੀ ਆ। ਇੱਥੇ ਕੋਈ ਇੰਨੀ ਸਿਫਾਰਿਸ਼ ਨਹੀਂ ਚੱਲਦੀ। ਜੇ ਤੁਸੀਂ ਫੜੇ ਗਏ ਕਿਸੇ ਗਲਤ ਫੈਕਟ ਦੇਣ ਵਿੱਚ, ਤੁਹਾਨੂੰ ਉਸ ਤੁਹਾਡਾ ਰੈਕਰਡ ਦੇ ਵੀ ਜਾਂਦਾ ਹੈਗਾ, ਅਤੇ ਉਸ ਦਾ ਕੋਈ ਵੀ ਹੈ ਨਹੀਂ ਵੀ ਇਹਦਾ ਕੁਐਸਚਨ ਨੂੰ ਸਿਫਾਰਿਸ਼ ਪਾ ਕੇ ਜਾਂ ਰੈਕਰਡ ਕਲੀਅਰ ਹੋ ਸਕੇ, ਇੱਦਾਂ ਦੀ ਕੋਈ ਗੱਲ ਹੈ ਨਹੀਂ। ਅਤੇ ਇਸ ਕਰਕੇ ਜ਼ਰੂਰ ਆ, ਅਤੇ ਤੁਸੀਂ ਆਪਣਾ ਜਿਹੜਾ ਇਨਸ਼ੋਰੈਂਸ ਹੈ, ਕਾਰ ਇਨਸ਼ੋਰੈਂਸ, ਅਤੇ ਇਹ ਜ਼ਰੂਰ ਆਪਣੇ ਸਹੀ ਤਰੀਕੇ ਨਾਲ ਕਰਾਵੋ। ਅਤੇ ਜੇ ਤੁਸੀਂ ਇੱਥੇ ਰਹਿੰਦੇ ਹਾਂ, ਕਿਰਾਏ 'ਤੇ ਰਹਿੰਦੇ ਹਾਂ, ਟੈਨੈਂਟ ਹੋ ਤੁਸੀਂ, ਉਹ ਤੁਸੀਂ ਨਾਲ ਇੰਸ਼ੋਰੈਂਸ ਕਰਾ ਲਓ, ਤਾਂ ਤੁਹਾਡੀ ਕਾਰ ਦੀ ਇੰਸ਼ੋਰੈਂਸ ਵੀ ਸਸਤੀ ਹੋ ਜਾਂਦੀ ਆ। ਤੁਹਾਨੂੰ ਕਈ ਵਾਰੀ ਗਰੁੱਪ ਬੰਡਲ ਮਿਲ ਜਾਂਦਾ ਆਟੋ ਅਤੇ ਹੋਮ ਇੰਸ਼ੋਰੈਂਸ ਦਾ, ਜਿਹਦੇ ਨਾਲ ਤੁਹਾਡੀ ਕਾਫੀ ਸੇਫਟੀ ਹੁੰਦੀ ਆ। ਤੁਸੀਂ ਆਪਣੇ ਲੈਂਡਲੋਰਡ ਤੋਂ ਬਚਦੇ ਹੋ, ਇੱਥੇ ਤੁਹਾਨੂੰ ਕਈ ਵਾਰੀ ਲੈਂਡਲੋਰਡ ਸੂ ਕਰ ਦਿੰਦੇ, ਸਾਡੇ ਜਿਹੜੇ ਕਿਰਾਏਦਾਰ ਮਕਾਨ ਮਾਲਕ ਹੈਗੇ ਨੇ, ਅਤੇ ਤੁਸੀਂ ਉਹਨਾਂ ਦੀ ਘਰ ਦੀ ਖਰਾਬੀ ਕੀਤੀ ਹੈ ਜਾਂ ਕੁਛ ਜਾਣੇ ਜਾਣ ਜਾਣੇ ਕਰਕੇ, ਤੁਹਾਨੂੰ ਉਹ ਸੂ ਕਰ ਸਕਦੇ ਹੋ ਆਪਣੇ ਡੈਮੇਜਸ ਵਾਸਤੇ। ਤੁਹਾਨੂੰ ਉਹਦੀ ਵੀ ਜਿਹੜੀ ਆ ਇਨਸ਼ੋਰੈਂਸ ਇੱਥੇ ਜ਼ਰੂਰ ਕਰਾਉਣੀ ਚਾਹੀਦੀ ਆ। ਅਤੇ ਕਈ ਵਾਰੀ ਲੋਕਾਂ ਨੂੰ ਪੁੱਛਦੇ ਵੀ ਤੁਹਾਡੀ ਹੋਮ ਇੰਸ਼ੋਰੈਂਸ ਹੈਗੀ ਆ, ਅਤੇ ਉਹ ਕਹਿੰਦੇ ਨਹੀਂ ਜੀ ਸਾਡੇ ਕੋਲ ਘਰ ਨਹੀਂ ਹੈਗਾ, ਅਸੀਂ ਤਾਂ ਰੈਂਟ 'ਤੇ ਰਹਿੰਦੇ ਹਾਂ। ਜਿਹੜਾ ਰੈਂਟ 'ਤੇ ਰਹਿੰਦੇ ਉਹ ਵੀ ਤੁਹਾਡਾ ਘਰ ਹੀ ਹੈਗਾ, ਸਭ ਫਰਕ ਇੰਨਾ ਆ ਕਿ ਤੁਸੀਂ ਉਹਦਾ ਕਿਰਾਇਆ ਦਿੰਦੇ ਤੁਸੀਂ ਆਪਣੇ ਮਕਾਨ ਮਾਲਕ ਨੂੰ, ਅਤੇ ਜਿਹੜੇ ਓਨਰ ਹੈਗੇ ਉਹ ਬੈਂਕ ਦੀ ਕਿਸ਼ਤਾਂ ਭਰਦੇ ਹੈਗੇ ਆ। ਸੋ ਪਰ ਜਿਹੜਾ ਘਰ ਤਾਂ ਘਰ ਹੀ ਹੁੰਦਾ, ਚਾਹੇ ਤੁਸੀਂ ਰੈਂਟ 'ਤੇ ਰਹਿੰਦਾ ਚਾਹੇ ਤੁਹਾਡਾ ਆਪਣਾ ਆ, ਅਤੇ ਉਹ ਤੁਹਾਡਾ ਘਰ ਹੈਗਾ, ਅਤੇ ਉਸ ਦੀ ਇੰਸ਼ੋਰੈਂਸ ਵੀ ਕਰਾਉਣੀ ਬਹੁਤ ਜ਼ਰੂਰੀ, ਤੁਹਾਡੇ ਸਮਾਨ ਦੀ, ਤੁਹਾਡੇ ਹੋਰ ਸੇਫਟੀ ਵਾਸਤੇ, ਇਹ ਸਹੀ ਸਲਾਹ ਲੈਣ ਵਾਸਤੇ ਤੁਸੀਂ ਇੱਥੇ ਜਿੱਥੇ ਕੈਨੇਡਾ 'ਚ ਹੈਗੇ ਹੋ, ਅੰਟਾਰੀਓ 'ਚ, ਅਤੇ ਮੈਂ ਕੰਮ ਕਰਦਾ ਹੈਗਾ, ਤੁਸੀਂ ਮੈਨੂੰ ਫੋਨ ਕਰ ਸਕਦੇ ਹੋ 416-831-0215, ਅਤੇ ਜਾਂ ਮੈਨੂੰ ਈਮੇਲ ਕਰ ਸਕਦੇ ਹੋ jagtar@ableinsurance.ca, ਜਾਂ ਮੇਰੀ ਕਿਸੇ ਤਰੀਕੇ ਨਾਲ ਵੀ ਮੈਨੂੰ ਵਟਸਐਪ ਕਰੋ ਜਾਂ ਫੋਨ ਕਰੋ ਜਾਂ ਈਮੇਲ ਕਰੋ, ਅਤੇ ਮੈਂ ਤੁਹਾਨੂੰ ਸਹੀ ਸਲਾਹ ਦੇ ਸਕਦਾ ਹੈਗਾ। ਜ਼ਰੂਰੀ ਨਹੀਂ ਕਿ ਮੈਂ ਤੁਹਾਨੂੰ ਇੰਸ਼ੋਰੈਂਸ ਦੇ ਸਕਾਂ, ਪਰ ਮੈਂ ਤੁਹਾਨੂੰ ਗਾਈਡ ਜ਼ਰੂਰ ਕਰ ਸਕਦਾ ਜੇ ਨਹੀਂ ਵੀ ਇੰਸ਼ੋਰੈਂਸ ਦੇ ਸਕਦਾ ਵੀ ਕੀ ਸਹੀ ਆ ਜਾਂ ਕੀ ਗਲਤ ਆ। ਬਾਕੀ ਤੁਸੀਂ ਸਾਰੇ ਸਿਆਣੇ ਹੋ, ਅਤੇ ਮੇਰੇ ਤੋਂ ਜ਼ਿਆਦਾ ਸਿਆਣੇ ਹੋ, ਅਤੇ ਪਰ ਫਿਰ ਵੀ ਜਿੰਨਾ ਕੁ ਮੇਰਾ ਐਕਸਪੀਰੀਅੰਸ ਆ ਮੈਂ ਸ਼ੇਅਰ ਕੀਤਾ। ਅਤੇ ਇਹ ਅੱਜ ਦੀ ਕੈਨੇਡਾ ਦੀ ਖਬਰਾਂ ਸੀਗੀਆਂ, ਅਤੇ ਮੇਰਾ ਖਿਆਲ ਤੁਸੀਂ ਲਾਈਕ ਕੀਤਾ ਹੋਵੇਗਾ। ਇਸ ਤੋਂ ਇਲਾਵਾ ਨੈਕਸਟ ਟਾਈਮ ਮੈਂ ਹੋਰ ਕੋਈ ਟੋਪਿਕ ਲੈ ਕੇ ਕੱਲ੍ਹ ਨੂੰ ਆਵਾਂਗਾ, ਅਤੇ ਤਦ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਅਤੇ ਬੀ ਸੇਫ, ਅਤੇ ਜੋ ਵੀ ਤੁਸੀਂ ਫਸਲ ਲੈਂਦੇ ਹੋ ਸਹੀ ਕਰੋ, ਅਤੇ ਜਿਹੜਾ ਵੀ ਜੇ ਕੋਈ ਤੁਹਾਨੂੰ ਕੁਛ ਸਲਾਹ ਦੀ ਜ਼ਰੂਰਤ ਆ, ਤੁਸੀਂ ਆਪਣੇ ਉਸ ਏਰੀਏ ਦੇ ਐਕਸਪਰਟ ਨਾਲ ਜ਼ਰੂਰ ਸੰਪਰਕ ਕਰੋ, ਚਾਹੇ ਉਹ ਇੰਸ਼ੋਰੈਂਸ ਹੋਵੇ, ਚਾਹੇ ਕੋਈ ਹੋਰ ਮਸਲਾ ਹੋਵੇ, ਜਾਂ ਕੋਈ ਇਮੀਗ੍ਰੇਸ਼ਨ ਦਾ, ਤੁਸੀਂ ਉਹਨਾਂ ਨਾਲ ਕਰ ਸਕਦੇ ਹੋ। ਤਾਂ ਮੇਰਾ ਜਿਹੜਾ ਫੀਲਡ ਆ ਇੰਸ਼ੋਰੈਂਸ ਦਾ, ਅਤੇ ਮੈਂ ਉਸ ਤੋਂ ਕਰਾਂਗਾ। ਇਸ ਤੋਂ ਇਲਾਵਾ ਅਤੇ ਮੈਂ ਨੈਕਸਟ ਟਾਈਮ ਹੋਰ ਵੀ ਕਿਸੇ ਡਿਫਰੈਂਟ ਟੋਪਿਕ 'ਤੇ ਕੈਨੇਡਾ ਦੀ ਨਿਊਜ਼ ਦੇ ਤੁਹਾਡੇ ਨਾਲ ਗੱਲ ਕਰਾਂਗਾ ਐਵਰੀ ਡੇ। ਸੋ ਤਦ ਤੱਕ ਲਈ ਰੱਬ ਰੱਖਾ, ਅਤੇ ਕੱਲ੍ਹ ਨੂੰ ਫਿਰ ਮਿਲਦੇ ਹਾਂ। ਸਤਿ ਸ਼੍ਰੀ ਅਕਾਲ।